ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਵਿੱਚ ਦਾਖਲ। ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਰੇਲਾਂ ਦਾ ਚੱਕਾ ਜਾਮ, ਲੋਕ ਸਭਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ, ਸੁਖਬੀਰ ਬਾਦਲ ਨੇ ਦਿੱਤੇ ਭਾਜਪਾ ਨਾਲ ਮੁੜ ਗੱਠਜੋੜ ਦੇ ਸੰਕੇਤ। ਕੁਰੂਕਸ਼ੇਤਰ 'ਚ ਬੋਲੇ ਸੀਐਮ ਭਗਵੰਤ ਮਾਨ, ਕਿਹਾ ਅਸੀਂ ਸਰਵੇ 'ਚ ਨਹੀਂ ਆਉਂਦੇ, ਸਿੱਧਾ ਸਰਕਾਰ ਵਿੱਚ ਆਉਂਦੇ ਹਾਂ। ਹੁਣ ਖਬਰਾਂ ਵਿਸਥਾਰ ਦੇ ਨਾਲ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਨਾਜ਼ੁਕ ਹੋਣ ਮਗਰੋਂ ਉਹਨਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਥੇ ਡਾਕਟਰਾਂ ਨੇ 2 ਸਟੈਂਟ ਪਾ ਦਿੱਤੇ ਹਨ ਅਤੇ ਹੁਣ ਹਾਲਤ ਸਥਿਰ ਦੱਸੀ ਜਾ ਰਹੀ ਹੈ। ਬੀਤੀ ਰਾਤ ਅਚਾਨਕ ਛਾਤੀ ਵਿੱਚ ਦਰਦ ਸ਼ੁਰੂ ਹੋ ਗਿਆ ਸੀ, ਪਰ ਮਨਪ੍ਰੀਤ ਸਿੰਘ ਬਾਦਲ ਸਵੇਰੇ ਸੈਰ 'ਤੇ ਚਲੇ ਗਏ। ਇਸ ਦੌਰਾਨ ਦਰਦ ਜ਼ਿਆਦਾ ਤੇਜ਼ ਹੋ ਗਿਆ। ਇਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ 2 ਸਟੰਟ ਪਾ ਦਿੱਤੇ। ਦੱਸ ਦੇ ਕਿ ਕੱਲ੍ਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਸੀ, ਜਿਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੀਤੇ ਜਾ ਰਹੇ ਅੱਤਿਆਚਾਰ ਦੇ ਰੋਸ ਵਜੋਂ ਪੰਜਾਬ ਭਰ ਵਿੱਚ 12 ਵਜੇ ਤੱਕ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਨੇ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ। ਵੋਟਾਂ ਮੰਗਣ ਆਏ ਉਮੀਦਵਾਰਾਂ ਦੇ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਮਾਨਸਾ ਵਿੱਚ ਵੀ ਕਿਸਾਨਾਂ ਵੱਲੋਂ ਰੇਲ ਰੋਕੋ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਦਿੱਲੀ ਵੱਲ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਦੇ ਬਾਰਡਰ ਉੱਪਰ ਰੋਕ ਕੇ ਕੀਤੇ ਗਏ ਅੱਤਿਆਚਾਰ ਅਤੇ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤੇ ਜਾਣ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲ ਰੋਕ ਕੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤੇ ਗਏ। ਪੰਜਾਬ ਦੀ ਸਿਆਸਤ ਵਿੱਚ ਬਾਬਾ ਬੋੜ ਦੇ ਨਾਮ ਨਾਲ ਮਸ਼ਹੂਰ ਰਹੇ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮਾਨ ਹਾਸਲ ਕਰਨ ਵਾਲੇ ਸਿਆਸੀ ਦਿੱਗਜ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ ਕੱਲ੍ਹ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਮਨਾਈ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਬਾਦਲ 'ਚ ਵਰਕਰਾਂ ਦੀ ਵੱਡੀ ਗਿਣਤੀ ਦੇਖਣ ਨੂੰ ਮਿਲੀ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਭਲਾਈ ਲਈ ਸਾਨੂੰ ਇੱਕ ਝੰਡੇ ਹੇਠਾਂ ਇਕੱਠੇ ਹੋਣਾ ਪਵੇਗਾ। ਪ੍ਰਕਾਸ਼ ਸਿੰਘ ਬਾਦਲ ਪਿਛਲੀ 25 ਅਪ੍ਰੈਲ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ ਸੀ। ਬਰਸੀ ਦੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ, ਮੇਰੇ ਪਿਤਾ ਨੂੰ ਸੱਚੀ ਸ਼ਰਧਾਂਜਲੀ ਉਸ ਟਾਈਮ ਮਿਲੇਗੀ ਜਦੋਂ ਪਾਰਟੀ ਵਿੱਚੋਂ ਵੱਖ ਹੋਏ ਦੋਸਤ ਵੀ ਸਾਡੇ ਨਾਲ ਜੁੜਨਗੇ। ਮੈਂ ਕੋਸ਼ਿਸ਼ ਕਰੂੰਗਾ। ਦੇਖੋ, ਵੱਡੇ ਬਾਦਲ ਸਾਹਿਬ ਬਣਨਾ ਇੰਪੋਸੀਬਲ ਹੈ, ਪਰ ਉਹਨਾਂ ਦੀ ਸੋਚ ਤਰਫ ਜਾਣਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਮੈਂ ਕੋਸ਼ਿਸ਼ ਕਰੂੰ ਜਿਵੇਂ ਉਹਨਾਂ ਨੇ ਹਰ ਚੀਜ਼ ਸੈਕਰੀਫਾਈਸ ਵੀ ਕੀਤੀ ਆਪਣੀ ਕੌਮ ਖਾਤਰ, ਆਪਣੇ ਸੂਬੇ ਖਾਤਰ, ਆਪਣੀ ਪਾਰਟੀ ਖਾਤਰ। ਜੇ ਕਿਤੇ ਵੀ ਲੋੜ ਪਏ ਮੈਂ ਪਿੱਛੇ ਨਹੀਂ ਹਟੂੰਗਾ। ਮੈਂ ਸਾਰੇ ਆਪਣੇ ਵਰਕਰ ਨੁਮਾਇੰਦੇ ਜਥੇਬੰਦੀ ਆਈ ਆਪਣੇ ਪੰਜਾਬ ਦੇ ਕੋਨੇ ਕੋਨੇ ਤੋਂ ਸਾਰਿਆਂ ਨੂੰ ਇੱਕੋ ਇੱਕ ਬੇਨਤੀ ਕਰਦਾ, ਸੱਚੀ ਸ਼ਰਧਾਂਜਲੀ ਆਪਣੇ ਬਾਪੂ ਵਾਸਤੇ, ਬਾਪੂ ਬਾਦਲ ਵਾਸਤੇ ਆਈ ਹੋਊਗੀ ਕਿ ਜਿਹੜੇ ਲੋਕ ਆਪਾਂ ਤੋਂ ਵਿਛੜ ਵੀ ਗਏ ਹੈ, ਉਹਨਾਂ ਦਾ ਪਿਆਰ ਜੋ ਉਹਨਾਂ ਨੇ ਬਾਪੂ ਬਾਦਲ ਨੇ ਉਹਨਾਂ ਨਾਲ ਪਿਆਰ ਕੀਤਾ ਹੈ, ਉਸ ਪਿਆਰ ਨੂੰ ਦੇਖ ਕੇ ਹੀ ਸਾਰੀ ਕੌਮ ਇਕੱਠੇ ਹੋਈਏ, ਇੱਕ ਝੰਡੇ ਥੱਲੇ ਇਕੱਠੇ ਹੋਈਏ। ਏਕਤਾ 'ਚ ਹੀ ਤਾਕਤ, ਆਪਣੀ ਏਕਤਾ 'ਚ ਹੀ ਤਾਕਤ ਹੈ। ਤੋ ਇਸ ਕਰਕੇ ਆਪਾਂ ਸਾਰੀ ਪਾਰਟੀ ਬੰਦ ਕਰੀਏ
ਕਿ ਬਾਦਲ ਸਾਹਿਬ ਦੀ ਸੋਚ, ਅਕਾਲੀ ਦਲ ਦੀ ਸੋਚ, ਪੰਥ ਦੀ ਸੋਚ ਨੂੰ ਆਪਾਂ ਬਰਕਰਾਰ ਕਾਇਮ ਕਰੀਏ, ਅਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੀ ਪਾਰਟੀਆਂ ਦੀ ਲੀਡਰਸ਼ਿਪ ਆਈ ਹੈ, ਮੈਂ ਦਿਲੋਂ ਧੰਨਵਾਦ ਕਰਦਾ, ਅਤੇ ਮੈਂ ਦਿਲੋਂ ਧੰਨਵਾਦ ਇਸ ਕਰਦੇ ਹੈ ਕਿ ਸਾਰੇ ਲੋਕ ਆਏ ਆ, ਦਿਲੋਂ ਆਏ ਹੈ, ਕਹਿਣਾ ਕਿਸੇ ਨੂੰ ਕਿਹਾ ਵੀ ਨਹੀਂ ਨਾ ਹੋ ਗਿਆ, ਫਿਰ ਵੀ ਆਏ ਹੈ, ਕਿਉਂਕਿ ਉਹਨਾਂ ਦਾ ਪਿਆਰ ਹੀ ਇੰਨਾ ਬਾਦਲ ਸਾਹਿਬ ਨੇ ਵੰਡਿਆ ਸੀ ਪੂਰੀ ਜ਼ਿੰਦਗੀ, ਕਿ ਅੱਜ ਜਿਹੜੀ ਸਾਰੇ ਆ ਪਿਆਰ ਕਰਕੇ ਆਏ ਹੈ, ਅਤੇ ਮੈਂ ਸਾਰੇ ਲੀਡਰਸ਼ਿਪ ਜਿਹੜੇ ਆਈ ਉਹਨਾਂ ਧੰਨਵਾਦ, ਆਪਣੀ ਪਾਰਟੀ ਦੀ ਆਈ ਉਹਨਾਂ ਧੰਨਵਾਦ, ਸੰਤ ਮਹਾਂਪੁਰਖ ਆਏ ਸਾਰਿਆਂ ਦੇ ਚਰਨਾਂ 'ਚ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਹਾਡੇ ਮਹਾਂਪੁਰਖਾਂ ਦੇ ਆਸ਼ੀਰਵਾਦ ਨਾਲ ਆਪਣੀ ਪਾਰਟੀ ਤਕੜੀ ਹੋਊਗੀ। ਸਾਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਰਕਸ਼ੇਤਰ ਲੋਕ ਸਭਾ ਖੇਤਰ ਤੋਂ ਚੋਣ ਮੁਹਿੰਮ ਦਾ ਆਗਾਜ਼ ਕਰਨ ਪਹੁੰਚੇ। ਆਮ ਆਦਮੀ ਪਾਰਟੀ ਨੇ ਜਿੱਥੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਡਾਕਟਰ ਸੁਸ਼ੀਲ ਗੁਪਤਾ ਨੂੰ ਉਮੀਦਵਾਰ ਐਲਾਨ ਕੀਤਾ ਹੈ। ਆਪਣੇ ਸੰਬੋਧਨ ਵਿੱਚ ਭਗਵੰਤ ਮਾਨ ਨੇ ਭਾਜਪਾ ਉੱਤੇ ਤਿੱਖੇ ਨਿਸ਼ਾਨੇ ਵਿੰਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਸਣੇ ਪੂਰਾ ਦੇਸ਼ ਭਾਜਪਾ ਦੀ ਤਾਨਾਸ਼ਾਹੀ ਤੋਂ ਪਰੇਸ਼ਾਨ ਹੈ, ਇਸ ਤਾਨਾਸ਼ਾਹੀ ਸਰਕਾਰ ਖਿਲਾਫ਼ ਜਨਤਾ ਨੂੰ ਖੜ੍ਹਾ ਹੋਣਾ ਪਵੇਗਾ। ਹਰਿਆਣਾ 'ਚ ਕੁਰਕਸ਼ੇਤਰ ਤੋਂ ਆਮ ਆਦਮੀ ਪਾਰਟੀ ਤੁਹਾਡੀ ਆਵਾਜ਼ ਸੰਸਦ ਤੱਕ ਪਹੁੰਚਾਉਣ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਆਏ ਹਾਂ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਵੱਡੇ ਨਿਸ਼ਾਨੇ ਸਾਧੇ। ਆਜ ਦੋ ਰਾਜਿਓ ਮੇ ਹਮਾਰੀ ਸਰਕਾਰ ਹੈ, 10 ਹਮਾਰੇ ਰਾਜ ਸਭਾ ਮੇ ਮੈਂਬਰ ਹੈ, 5 ਹਮਾਰੇ MLA ਗੁਜਰਾਤ ਮੇ ਹੈ, 2 ਹਮਾਰੇ MLA ਗੋਆ ਮੇ ਹੈ, ਔਰ ਆਨੇ ਵਾਲੇ ਦਿਨੋਂ ਮੇ MCD ਜੋ ਹਮਾਰੇ ਪਾਸ MCD ਦਿੱਲੀ ਕੀ ਵੀ ਹੈ, ਹਮਾਰਾ ਮੇਅਰ ਚੰਡੀਗੜ੍ਹ ਮੇ ਹੈ, ਮੱਧ ਪ੍ਰਦੇਸ਼ ਮੇ ਸੰਗਰੌਲੀ ਨਾਮ ਕੀ ਜਗ੍ਹਾ ਵਹਾਂ ਮੇਅਰ ਹੈ, ਔਰ ਆਨੇ ਵਾਲੇ ਦਿਨੋਂ ਮੇ 13 ਸੀਟੇ ਪੰਜਾਬ ਸੇ ਲੋਕ ਸਭਾ ਮੇ ਆ ਰਹੀ ਹੈ, ਇਹ ਕੁਰੂਕਸ਼ੇਤਰ ਕੀ ਆਨੇ ਵਾਲੀ ਹੈ, ਔਰ ਦਿੱਲੀ ਮੇ ਜੀਤਨੇ ਵਾਲੇ ਹੈ, ਸ਼ਕਤੀ ਔਰ ਬਢਨੇ ਵਾਲੀ ਹੈ, ਤੋ ਯੇ ਜੋਸ਼ ਚਾਹੀਏ, ਯੇ ਜਜ਼ਬਾ ਚਾਹੀਏ, 90 ਕੀ 90 ਹਰਿਆਣਾ ਮੇ ਆਪਕੇ ਮੂੰਹ ਮੇ ਗੁੜ ਸ਼ੱਕਰ, ਆਪਕੇ ਮੂੰਹ ਮੇ ਘੀ ਸ਼ੱਕਰ। ਮੁਝੇ ਕਈ ਵਾਰ ਪੱਤਰਕਾਰ ਪੁੱਛ ਲੈਤੇ ਹੈ ਕਿਤਨੀ ਸੀਟੇ ਆ ਰਹੀ ਹੈ ਪੰਜਾਬ ਮੇ, ਮੇਰੇ ਸੇ ਪੁੱਛਤੇ ਥੇ ਜਬ ਮੈਂ ਕੰਪੇਨ ਕਰ ਰਹਾ ਥਾ ਦਿੱਲੀ ਮੇ, ਜਬ 2020 ਮੇ ਕੰਪੇਨ ਕਰਦੇ ਪੱਤਰਕਾਰ ਆ ਜਾਤੇ, ਕਿਤਨੀ ਸੀਟੇ ਆ ਰਹੀ ਹੈ, ਮੈਨੇ ਕਿਹਾ ਜੀ ਬਹੁਤ ਜ਼ਿਆਦਾ ਸੀਟੇ ਆ ਰਹੀ ਹੈ, ਮੈਂ ਲੋਕਾਂ ਕਾ ਮੂਡ ਦੇਖ ਰਹਾ ਹੂੰ, ਲੋਕ ਨਈ ਕਹਾਣੀ ਲਿਖਨੇ ਵਾਲੇ ਹੈ, ਕਹਤੇ ਆਪਕੀ ਸਰਵੇ ਮੇ ਨਹੀਂ ਆਤੇ, ਆਮ ਆਦਮੀ ਪਾਰਟੀ ਸਰਵੇ ਮੇ ਨਹੀਂ ਆਤੀ, ਮੈਨੇ ਕਿਹਾ ਜੀ ਆਮ ਆਦਮੀ ਪਾਰਟੀ ਹੈ, ਹਮ ਸਰਵੇ ਮੇ ਨਹੀਂ ਆਤੇ, ਸਿੱਧਾ ਸਰਕਾਰ ਮੇ ਆਤੇ ਹਮ ਤੋ, ਸਰਵੇ ਵਰਵੇ ਮੇ ਨਹੀਂ ਆਤੇ ਹਮ, ਹਮ ਤੋ ਸਿੱਧਾ ਸਰਕਾਰ ਮੇ ਆਤੇ ਹੈ, ਯੇ ਜੋ ਦੇਖੋ ਆਮ ਲੋਕੋ ਕੀ ਕਿ 90 ਕੀ 90 ਹਰਿਆਣਾ ਮੇ ਆਏਗੀ, ਆਏਗੀ ਕਿਉਂ ਨਹੀਂ ਆਏਗੀ, ਦਿੱਲੀ ਮੇ 70 ਮੇ ਸੇ 67 67 out of 70, ਦੂਸਰੀ ਵਾਰ ਦਿੱਲੀ ਮੇ 70 ਮੇ ਸੇ 62, ਔਰ ਪੰਜਾਬ ਮੇ ਪਹਿਲੀ ਵਾਰ ਹੁਆ ਕਿ ਅਕਾਲੀ ਦਲ BJP ਔਰ ਕਾਂਗਰਸ ਕੇ ਬਿਨਾ ਕੋਈ ਪਾਰਟੀ ਨਹੀਂ ਆਈ, 117 ਮੇ ਸੇ 92, ਤੋ ਹਮ ਸਰਵੇ ਵਾਲੇ ਨਹੀਂ ਹੈ, ਹਮ ਤੋ ਸਰਕਾਰ ਮੇ ਆਤੇ ਹੈ, ਤੋ ਯੇ ਕਹਿਣੇ ਕੇ ਲਈ ਆਪਕੇ ਪਾਸ ਆਏ ਹੈ ਕਿ ਅਰਵਿੰਦ ਕੇਜਰੀਵਾਲ ਕੇ ਹਾਥ ਮਜ਼ਬੂਤ ਕਰੋ। ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਕੋਲ ਦੀ, ਜਿਸ ਤਰ੍ਹਾਂ ਸਾਰੇ ਸਾਥੀ ਬੈਠੇ, ਬੜੇ ਰਾਜਨੀਤਿਕ ਸ਼ਖਸੀਅਤਾਂ ਇੱਥੇ ਬੈਠੀਆਂ, ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਜਿਹਦੇ ਵਿੱਚ ਐਂ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜ੍ਹਨਾ, ਕੀ ਉਹਦਾ ਹਿਸਾਬ ਕਿਤਾਬ ਹੈ, ਕਿੰਨੇ ਸਲੂਟ ਵੱਜਣੇ, ਕਿੰਨੇ ਪੁਲਿਸ ਵਾਲੇ ਲੱਗਣੇ, ਕਿੰਨੀ ਜੀਪਾਂ ਲੱਗਣੀਆਂ, ਕੋਈ ਅੱਜ ਕੱਲ੍ਹ ਜਿਹੜਾ ਰਾਜਨੀਤੀ ਦੇ ਇੱਕ ਰਿਵਾਜ਼ ਬਣ ਗਿਆ, ਉਸ ਪ੍ਰੋਟੋਕੋਲ ਦੀ
ਜਿਉਂਦੀ ਜਾਗਦੀ ਬਲੂ ਬੁੱਕ ਸੀਗੇ। ਬਲੂ ਬੁੱਕ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਅਕਾਲੀ ਦਲ ਦਾ ਪੱਗ ਦਾ ਨਿਸ਼ਾਨ ਜਾਂ ਪੰਥ ਦਾ ਨਿਸ਼ਾਨ ਹੈ, ਬਟ ਉਹ ਆਪਣੇ ਆਪ 'ਚ ਇੰਨੀ ਨਿਮਰਤਾ ਸਾਹਿਬ, ਮੇਰਾ ਚੀਮਾ ਸਾਹਿਬ, ਮੈਂ ਪਤਾ ਨਹੀਂ ਕਿੰਨੀ ਕੁ ਵਾਰੀ ਬੇਨਤੀ ਕੀਤੀ ਅਸੈਂਬਲੀ 'ਚ ਵੀ ਖੜ, ਇੱਕ ਨੈਸ਼ਨਲ ਲੀਡਰ ਸੀ, ਇੱਕ ਲੀਡਰ ਹੀ ਨਹੀਂ ਸਾਹਿਬ। ਅੱਜ ਦੇ ਦਿਨ ਤਾਂ ਲੀਡਰਾਂ ਦਾ ਜਿਵੇਂ ਸੇਖੋ ਸਾਹਿਬ, ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ, ਪਰ ਕੱਲਾ ਅੱਜ ਤੋਂ ਨਹੀਂ, ਪ੍ਰੋਬਲਮ ਕੀ ਹੋਈ ਖੜੀ ਹੈ, ਅੱਜ ਕੱਲ੍ਹ ਕਿਸੇ ਨੂੰ ਲੀਡਰ ਕਹਿ ਦਿਓ ਗਾਲ ਕੱਢਣ ਦੇ ਬਰਾਬਰ ਹੈ। ਉਹ ਇੱਕ ਜਦੋਂ ਮੈਂ ਇੱਕ ਸ਼ਖਸੀਅਤ ਸੀਗੇ, ਹੀ ਵਾਜ਼ ਅ ਪਰਸਨੈਲਿਟੀ, ਆਪਣੇ ਆਪ 'ਚ ਤੁਰਦੇ ਫਿਰਦੇ, ਹਲੀਮੀ ਦੀ ਗੱਲ ਹੁੰਦੀ ਹੈ। ਭੁੰਦੜ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ, ਬੜੇ ਸਲੀਕੇ ਨਾਲ ਗੱਲ ਕਰਨੀ। ਭੁੰਦੜ ਸਾਹਿਬ ਮੇਰੇ ਤੋਂ ਵੱਡੇ ਹੋ ਤੁਸੀਂ, ਤੁਸੀਂ ਕਿਸੇ ਗਰੀਬ ਬੰਦੇ ਨੂੰ ਗੁੱਸੇ ਆਉਂਦੇ ਦੇਖਿਆ? ਉਹਦੇ ਵਾਸਤੇ, ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ। ਚਾਹੇ ਉਹ ਦਿਲ 'ਚ ਭਾਂਬੜ ਮੱਚਦੇ ਹੋਣ ਵੀ ਮੈਂ ਸਫੰਨੇ ਖਾਂ ਨੂੰ ਦੇਖ ਲੂੰਗਾ, ਪਰ ਮਜਬੂਰੀ ਦਾ ਨਾਮ ਹੈ ਸਭ। ਕਿਸੇ ਵਿਅਕਤੀ ਦਾ ਪਤਾ ਉਦੋਂ ਲੱਗਦਾ ਜਦੋਂ ਕੋਲ ਤਾਕਤ ਹੋਵੇ। ਤਾਕਤ ਨੂੰ ਹਜ਼ਮ ਕਰਨਾ ਬਹੁਤ, ਤੁਸੀਂ ਦੇਖਿਆ ਨਹੀਂ ਹੈ ਜਿਹਦੀ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਸਾਹਿਬ, ਆ ਤਾਕਤ ਕਰਕੇ ਹੈ। ਇਹਨਾਂ 'ਚ ਕੋਈ ਰੱਬ ਨਹੀਂ ਬੋਲਦਾ, ਤੂੰ ਨਹੀਂ ਬੋਲਦੀ, ਕਹਿੰਦੇ ਆ ਕੁਰਸੀ ਬੋਲਦੀ ਹੈ ਸਾਹਿਬ, ਆ ਕੁਰਸੀ ਬੋਲਦੀ ਹੈ, ਆ ਆ ਫਰਕ ਸੀਗਾ। ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਸਾਹਿਬ, ਮੈਨੂੰ ਇਸ ਗੱਲ ਦਾ ਮਾਣ ਹੈ ਸਾਹਿਬ। ਸਾਰਿਆਂ ਨੇ ਗੱਲ ਕੀਤੀ, ਬਰਾੜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ ਮਤਭੇਦ ਹੋਣ, ਧਾਰਮਿਕ ਮਤਭੇਦ ਹੋਣ, ਨਾ ਹੋਣ, ਬਣਾਏ ਜਾਣ, ਉਹਦੇ ਬਾਵਜੂਦ ਹਰੇਕ ਦਾ ਉਹਨਾਂ ਕਨੀ ਸੀਗਾ, ਇੱਕ ਲਗਾਵ ਸੀਗਾ। ਰਾਜਨੀਤਿਕ ਮਤਭੇਦ ਤਾਂ ਮੇਰੇ ਬਹੁਤ ਸੀ ਸਭ, ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਾਹਿਬ ਉੱਥੇ ਬੈਠੇ ਸੀ ਸਭ, ਮੈਂ ਵੀ ਸਮਝਦਾ ਇਸ ਗੱਲ ਨੂੰ, ਜਿਨ੍ਹਾਂ ਹਾਲਾਤਾਂ 'ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ, ਪਰ ਮੈਂ ਆਪਣੇ ਆਪ ਨੂੰ ਇਤਿਹਾਸ ਕਨੀ ਦੇਖ ਕੇ ਕਿਹਾ, ਮੈਂ ਆਪਣੇ ਆਪ ਨੂੰ ਏਕਲਵਯ ਤੋਂ ਘੱਟ ਨਹੀਂ ਸਮਝਦਾ। ਮਹਾਂਭਾਰਤ ਜਿਨ੍ਹਾਂ ਨੇ ਪੜ੍ਹੀ ਹੈ, ਦੇਖਿਆ, ਸਮਝਿਆ, ਏਕਲਵਯ ਪਾਸੋਂ ਖੜ ਕੇ, ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾਂ ਦੇ ਪਾਂਡਵਾਂ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ, ਅਤੇ ਉਹ ਪਾਸੇ ਖੜ ਕੇ ਉਹਨਾਂ ਨੇ ਉਹਦਾ ਬੁੱਤ ਬਣਾ ਲਿਆ, ਉਹਨਾਂ ਤੋਂ ਜੋ ਸਿੱਖ ਕੇ ਆਉਂਦਾ ਚਲਾ ਲੈਂਦਾ ਸੀ। ਇੰਨਾ ਕੁ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ, ਕਿਉਂਕਿ ਏਕਲਵਯ ਤੋਂ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ, ਚਾਹੇ ਅਰਜੁਨ ਹੈ ਚਾਹੇ ਦੂਜੇ, ਇਹਨਾਂ ਸਾਰਿਆਂ ਨੂੰ ਏਕਲਵਯ ਨੇ ਲੱਸੀ ਦੇ ਦੇਣੀ ਹੈ। ਇਹ ਅੰਗੂਠਾ ਲੈ ਲਿਆ ਵੀ ਹੁਣ ਅੰਗੂਠਾ ਨਾ ਹੋਇਆ ਤਾਂ ਚਲਵਾਊਗਾ ਕਿਵੇਂ, ਆਪਣਾ ਧਨੁਸ਼ ਚਲਾਊਗਾ ਕਿਵੇਂ। ਮੈਂ ਉਹਨਾਂ ਤੋਂ ਦੂਰ ਬੈਠ ਕੇ ਬਹੁਤ ਕੁਛ ਸਿੱਖਿਆ ਸਭ, ਸਾਹਮਣੇ ਅਪੋਜੀਸ਼ਨ 'ਚ ਬੈਠ ਕੇ। ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਸ ਦਿਨ ਮੈਨੂੰ ਲੀਡਰ ਆਫ ਅਪੋਜੀਸ਼ਨ ਬਣਾਇਆ ਗਿਆ 2012 'ਚ, ਉਹਨਾਂ ਜਦੋਂ ਐਜ਼ ਏ ਲੀਡਰ ਆਫ ਅਪੋਜੀਸ਼ਨ ਨੂੰ ਫੈਲੀਸੀਟੇਟ ਕਰਨ ਵਾਸਤੇ ਖੜ੍ਹੇ ਹੋਏ ਮੁੱਖ ਮੰਤਰੀ ਦੇ ਪਦ 'ਤੇ, ਕਹਿੰਦਾ ਚੌਧਰੀ ਸਾਹਿਬ, ਮੈਂ ਕਿਹਾ ਫਿਰ ਮੈਂ ਕਿਹਾ ਜੀ ਸੁਨੀਲ ਆਖੋ, ਕਹਿੰਦੇ ਨਹੀਂ ਚੌਧਰੀ ਸਾਹਿਬ ਜਿਸ ਕੁਰਸੀ 'ਤੇ ਤੁਸੀਂ ਬੈਠੇ ਹੋ ਉਸੇ ਕੁਰਸੀ 'ਤੇ 35 ਸਾਲ ਪਹਿਲੇ ਵੱਡੀ ਚੌਧਰੀ ਸਾਹਿਬ ਬੈਠੇ ਸੀਗੇ, ਉਹ ਲੀਡਰ ਆਫ ਅਪੋਜੀਸ਼ਨ ਸੀ, ਚੀਫ ਮਿਨਿਸਟਰ, ਕਹਿੰਦਾ ਉਦੋਂ ਵੀ ਮੈਂ ਹੀ ਸੀਗਾ।
ਕਹਿੰਦਾ ਚੀਫ ਮਿਨਿਸਟਰ ਉਦੋਂ ਵੀ ਮੈਂ ਹੀ ਸੀਗਾ, ਸਾਡੇ ਲੀਡਰ ਆਫ ਅਪੋਜੀਸ਼ਨ ਤੇ ਅੱਜ ਤੁਸੀਂ ਦੇਖਿਆ। ਹੁਣ ਵਾਲਿਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਵਾਂ ਚੰਗਾ ਨਹੀਂ ਲੱਗਦਾ, ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਹਿਬ, ਇੱਕ ਉਹ ਦਿਨ ਸੀਗੇ ਅਤੇ ਇੱਕ ਮੇਰੇ ਵਰਗੇ ਨਾ ਚੀਜ਼ ਜੇ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ। ਸੁਖਬੀਰ ਜੀ, ਬੁਰਾ ਨਾ ਮੰਨਿਓ, ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ। ਆ ਨਹੀਂ ਵੀ ਮੇਰੇ ਕੋਈ ਦੁਸ਼ਮਣੀ ਸੀਗੀ, ਪਰ ਮੈਂਟਰ ਸੀਗੇ, ਉਹਨਾਂ ਤੋਂ ਜੋ ਕੁਛ ਸਿੱਖਿਆ ਉਸ ਹੱਕ ਨਾਲ। ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ, ਕਿਉਂਕਿ ਨਿਗਾਰ ਹੀ ਆਇਆ ਰਾਜਨੀਤੀ, ਜੇ ਅੱਗੇ ਸੇ ਪੀਛਾ ਬੁਲਾਰਾ ਨਾਮ ਬੁਲਾ ਲਟੂਰੀ, ਪਿਛਲੇ ਤੋਂ ਅੱਗੇ ਚੰਗੇ ਘਵਾ ਦਿੰਦੇ, ਹੁਣ ਵਾਲੇ ਉਹਨਾਂ ਨੂੰ ਅੱਗੇ ਚੰਗੇ ਘਵਾ ਦਿੰਦੇ ਆ। ਅਤੇ ਜਦੋਂ ਕੋਈ ਅਜਿਹੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ, ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਹਿਬ, ਕਹਿੰਦਾ ਦੱਸੋ ਚੋ ਸਾਹਿਬ। ਮੈਂ ਕਿਹਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨ ਆਇਆ, ਗਿਲਾ ਲੈ ਕੇ ਆਇਆ, ਸ਼ਿਕਾਇਤ ਲੈ ਕੇ ਆਇਆ, ਦੱਸੋ ਕੀ ਗੱਲ ਹੋ ਗਈ। ਮੈਂ ਕਿਹਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ, ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਹੈ। ਬਦਮਾਸ਼ ਕਿਸਮ ਦੇ ਲੋਕ, ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ, ਕੋਈ ਰੇਪਿਸਟ ਹੈ, ਕੋਈ ਗੈਂਗਸਟਰਸ ਹੈ। ਅਤੇ ਉਹਨਾਂ ਨੇ ਕਿਹਾ ਜਾਖੜ ਸਾਹਿਬ ਤੁਸੀਂ ਮੇਰੇ ਕੰਮ ਕਰਨ ਦਾ ਤਰੀਕਾ। ਮੈਂ ਕਿਹਾ ਸਰ ਮੈਂ ਜਾਣਦਾ ਇਸੇ ਕਰਕੇ ਤਾਂ ਤੁਹਾਡੇ ਕੋਲ ਆਇਆ, ਤਵੱਕੋ ਹੈ ਤੁਹਾਡੇ ਤੋਂ, ਤੁਸੀਂ ਇੱਕ ਬਜ਼ੁਰਗ ਹੋ, ਯੂ ਆਰ ਅ ਸਟੇਟਸਮੈਨ, ਤੁਸੀਂ ਨੱਥ ਪਾ ਸਕਦੇ ਹੋ, ਰੋਕੋ ਇਹਨਾਂ ਲੋਕਾਂ ਨੂੰ। ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ, ਲੋਕਤੰਤਰ ਅਧਿਕਾਰ ਦਿੰਦਾ ਸਾਹਿਬ ਆਪਾਂ ਦੇਖੀ ਜਾਂਦੇ, ਲੋਕਤੰਤਰ ਦਾ ਜਿਸ ਤਰ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ ਸਾਰੇ ਸਾਹਮਣੇ, ਮਜ਼ਾਕ ਬਣ ਗਿਆ ਲੋਕਤੰਤਰ ਦਾ। ਪਰ ਮੈਂ ਜਾ ਕੇ ਕੋਈ ਮੈਨੂੰ ਗਿੱਲਾ ਸ਼ਿਕਵਾ ਸੀ ਤਾਂ ਮੈਂ ਜਾ ਕੇ ਕਹਿ ਵੀ ਦਿੰਦਾ ਸੀ, ਕਹਿੰਦੇ ਨਹੀਂ ਮੈਂ ਸਭ ਦੇਖੂੰਗਾ। ਉਹ ਬੜੱਪਨ ਸੀ ਸਾਹਿਬ ਉਹਨਾਂ ਆਦਮੀਆਂ ਦਾ, ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਧੌਣ ਬਚਾਈ ਉਹਨਾਂ ਨੇ। ਇੱਥੇ ਆ 12-13 ਦੀ ਗੱਲ ਹੈ ਜੀ, 12-13 'ਚ ਇੱਥੇ ਹੜ੍ਹ ਆ ਗਏ ਸੀ ਸਾਰੇ, ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ, ਇੱਥੋਂ ਤਾਂ ਮਲੋਟ ਤੋਂ ਲੈ ਕੇ ਇੱਧਰਲੇ ਪਾਸੇ ਗਿੱਦੜਵਾ ਅਤੇ ਆ ਮੁਕਤਸਰ ਤਾਈਂ ਸਾਰਾ ਏਰੀਆ ਢਾਬ ਬਣ ਕੇ ਰਹਿ ਗਿਆ, ਗੋਡੇ ਗੋਡੇ ਪਾਣੀ ਖੜ੍ਹਾ ਸੀ। ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਅਤੇ ਉਦੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋਨ ਬਾਦਲ ਸਾਹਿਬ ਨੇ ਮੈਨੂੰ ਮੌਕਾ ਦਿੱਤਾ, ਚੋ ਸਾਹਿਬ ਉਹ ਕਹਿਣਗੇ, ਅਤੇ ਮੈਂ ਕਿਹਾ ਜੀ ਪੰਜਾਬ ਦਾ ਕੋਈ ਬਾਂਹ ਫੜਨ ਵਾਲਾ ਚਾਹੀਦਾ, ਪੰਜਾਬ ਦੀ ਮਦਦ ਕਰੋ। ਅਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਵੀ ਇੱਕ ਚੀਫ ਮਿਨਿਸਟਰ ਅਤੇ ਲੀਡਰ ਆਫ ਅਪੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਹੈ। ਮੈਂ ਕਿਹਾ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਹਾਂ, ਆਹ ਇੱਕ ਗੱਲ ਸੀ। ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਊਂਗਾ, ਬਾਦਲ ਸਾਹਿਬ ਕੋਲ ਐਜ਼ ਏ ਚੀਫ ਮਿਨਿਸਟਰ ਮੈਸੇਜ ਆਇਆ ਵੀ ਆ ਜਾਓ ਉੱਥੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ। ਅਤੇ ਮੈਨੂੰ ਵੀ ਜਦੋਂ ਬਾਦਲ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਾਖੜ ਸਾਹਿਬ ਚੱਲੋਂਗੇ, ਮੈਂ ਕਿਹਾ ਜੀ ਬਿਲਕੁਲ ਚੱਲੂੰਗਾ। ਕਹਿੰਦੇ ਜੀ ਫਲਾਣੇ ਦਿਨ 3 ਦਿਨਾਂ ਬਾਅਦ ਜਾਂ 2 ਦਿਨਾਂ ਬਾਅਦ ਬੁਲਾਇਆ ਅਤੇ ਆਪਾਂ ਦਿੱਲੀ ਮਿਲਦੇ। ਮੈਂ ਕਿਹਾ ਅੱਛਾ ਜੀ, ਫੋਨ ਰੱਖਤਾ ਉਹਨਾਂ ਨੇ ਕਹਿ ਕੇ। 5 ਮਿੰਟ ਬਾਅਦ ਫਿਰ ਮੁੜ ਕੇ ਫੋਨ ਆਉਂਦਾ, PA ਨੇ ਕਿਹਾ ਕਿ CM ਸਾਹਿਬ ਗੱਲ ਕਰਨਗੇ। ਮੈਂ ਕਿਹਾ ਹੁਣੇ ਤਾਂ ਗੱਲ ਹੋਈ ਕਿ ਨਹੀਂ, ਉਹ ਕਹਿੰਦੇ ਗੱਲ ਰਹਿ ਗਈ। ਸਾਹਿਬ ਅੰਗੂਠਾ ਲੈਣਾ ਛੱਡੇ ਉਹਨਾਂ ਨੇ, ਚੀਮਾ ਸਾਹਿਬ ਮੈਨੂੰ ਕਹਿੰਦੇ, ਕਹਿੰਦਾ ਚੋ ਸਾਹਿਬ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ। ਮੈਂ ਕਿਹਾ ਜੀ ਕਰਨਾ ਕੀ ਹੈ ਪੰਜਾਬ ਦੀ, ਉੱਥੇ ਜਾ ਕੇ ਪਾਣੀ ਦੀ ਵਾਸਤੇ ਕੋਈ ਪੈਸਿਆਂ ਦੀ ਗੱਲ, ਗ੍ਰਾਂਟ ਦੀ ਗੱਲ ਕਰਾਂਗੇ। ਉਹ ਕਹਿੰਦੇ ਉਹ ਤਾਂ ਠੀਕ ਹੈ, ਚੋ ਸਾਹਿਬ ਹੱਸ ਕੇ ਕਹਿਣ ਲੱਗੇ, ਕਹਿੰਦਾ ਤੁਹਾਡੇ ਕਾਂਗਰਸ ਪਾਰਟੀ ਵਾਲੇ ਤੁਹਾਡੇ ਮਗਰ ਵੈਸੇ ਡਾਂਗਾਂ ਚੱਕੀ ਫਿਰਦੇ, ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ।
ਜੇ ਕੋਈ ਹੋਰ ਹੁੰਦਾ ਨਾ ਸਾਹਿਬ, ਹੁੰਦਾ ਸਾਹਿਬ ਤੇ ਕਰ ਦੇਣਾ ਸੀ ਕੰਮ ਵੀ, ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਆ, ਮੇਰਾ ਬੱਚੂ ਆ ਲੀਡਰ ਆਫ ਓਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਅਤੇ ਨਾਲ ਪੈਸੇ ਲਿਆਵਾਂਗੇ। ਕਿਉਂ ਮਲੂਕਾ ਸਾਹਿਬ ਦੱਸੋ, ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਹਿਬ? ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਹਿਬ। ਆਹ ਜਿਹੜੇ ਹੁਣ ਅੱਖਾਂ ਦਿਖਾਉਂਦੇ ਹੈ, ਗੱਲਾਂ ਕਰਦੇ ਹੈ, ਕਿਉਂਕਿ ਸਾਹਮਣੇ ਉਹ ਵੀ ਦੇਖ ਲੈਂਦੇ ਸਾਹਿਬ, ਕੋਈ ਐਡਾ ਸ਼ੇਰ ਸ਼ੂਰ ਹੈ ਨਹੀਂ ਸਾਹਿਬ ਕਿਸੇ ਦੇ, ਮੂੰਹ ਦੇਖ ਕੇ ਥੱਪੜ ਮਾਰਦੇ ਸਾਹਿਬ, ਚੋਰ ਦੇ ਪੈਰ ਨਹੀਂ ਹੁੰਦੇ। ਇਸੇ ਕਰਕੇ ਅਗਲਾ ਕੋਈ ਕਹਿੰਦਾ ਅੱਖ ਚਾ ਕੇ ਭਾਗਾ, ਗੱਲ ਕਰ, ਗੱਲ ਕੀ ਕਰਨ ਸਾਹਿਬ? ਪਤਾ ਜੀ ਹੱਸਣ ਵਾਲੀ ਗੱਲ ਨਹੀਂ ਆ, ਆਹ ਬਿਲਕੁਲ ਐ ਨਪੀ ਤੋਲੀ ਗੱਲ ਹੈ। ਦੇਖ ਲੈਂਦੇ ਹੈ, ਤੇਜ਼ ਲੋਕ ਹੈ ਸਭ, ਲੋਕਾਂ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ, ਉਹ ਇਹਨਾਂ ਨੂੰ ਛੱਡਦੇ ਸਾਹਿਬ ਜਿਹੜੇ ਅਚਕਨਾ ਬਣਾਈ ਫਿਰਦੇ ਆ ਉਹਨਾਂ ਨੇ। ਪਰ ਉਹ ਜਿਹੜੀ ਤਾਕਤ ਹੈ ਨਾ ਸਾਹਿਬ, ਇੱਕ ਫਰਕ ਮੈਂ ਦੱਸਣਾ ਚਾਹੁੰਦਾ, ਜਿਹੜਾ ਬਾਦਲ ਸਾਹਿਬ ਵਾਸਤੇ ਪੂਰਾ ਢੁਕਦਾ ਹੈ, ਇੱਕ ਹੁੰਦੀ ਹੈ ਤੁਹਾਡੀ ਇੱਜ਼ਤ, ਇੱਕ ਹੁੰਦਾ ਤੁਹਾਡਾ ਰੁਤਬਾ, ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੋਰ ਅਥੋਰਿਟੀ। ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ, ਤੁਸੀਂ ਦੇਖਿਆ ਸਾਹਿਬ, ਇੱਕ ਹੁੰਦੀ ਹੈ ਤਾਕਤ ਦੇ ਨਾਲ, ਕੁਰਸੀ 'ਤੇ ਬਹਿ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਹਿਬ, ਹਰੇਕ ਹੀ ਫੰਨੇ ਖਾਏ, ਸਿਆਣਾ ਵੀ ਉਸ ਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ, ਉਸ ਤੋਂ ਕੋਈ ਤਕੜਾ ਨਹੀਂ ਹੁੰਦਾ। ਇੱਕ ਹੁੰਦਾ ਪਰਸਨੈਲਿਟੀ ਡਰੀਵਨ। ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਦਿਨ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਆ, ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਕੇ ਗਏ ਚੱਲ ਰਹੇ ਜਿਹੜੇ, ਕੀ ਕਹਿੰਦੇ ਹੁੰਦੇ ਸੀ? ਕੋਈ ਸਾਹਿਬ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ। ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ, ਬਾਦਲ ਸਾਹਿਬ ਦੀ ਗੱਲ ਹੋਊਗੀ ਸਾਹਿਬ, ਨੋਟ ਬਿਕੋਜ਼ ਹੀ ਵਾਜ਼ ਅ ਚੀਫ ਮਿਨਿਸਟਰ ਸਾਹਿਬ, ਬਿਕੋਜ਼ ਆਫ ਹੂ ਹੀ ਵਾਜ਼, ਕੀ ਉਹਨਾਂ ਦੀ ਸ਼ਖਸੀਅਤ ਸੀਗੀ। ਇਸ ਕਰਕੇ ਉਹਨਾਂ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸ ਪੁਰਸ਼ ਆਖਿਆ, ਬਿਲਕੁਲ ਸਹੀ ਹੈ ਸਾਹਿਬ। ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜ਼ ਏ ਕਿਸਾਨ, ਮੈਂ ਤਾਂ ਹਮੇਸ਼ਾ ਕਹਿੰਦੇ ਸੀ ਵੀ ਕਿਸਾਨ ਤਾਂ ਸਾਰੇ ਹੈ, ਅੱਜ ਕੱਲ੍ਹ ਤਾਂ ਹਰੇਕ ਕੋਈ, ਮਾਤਰ ਮੇਰੇ ਵਰਗਾ ਵੀ ਜਿਹਨੇ ਕਿਤੇ ਖੇਤ ਨਹੀਂ ਦੇਖਿਆ ਉਹ ਵੀ ਗੱਲ 'ਚ ਹਰਾ ਪਰਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਹੈ। ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ, ਪਰ ਇਹਨਾਂ ਸਾਰਿਆਂ ਦੇ ਬਾਵਜੂਦ ਜੋ ਕੁਛ ਪੰਜਾਬ ਵਾਸਤੇ ਕੀਤਾ, ਜੋ ਕੀਤਾ, ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕ ਸਿਮ ਅਸਟੇਟਸਮੈਨ ਉਹ ਸੀਗਾ ਜਦੋਂ 96-97 'ਚ ਉਹ ਕੋਈ ਪੋਲੀਟੀਕਲ ਅਲਾਇੰਸ ਨਹੀਂ ਸੀਗਾ ਸਾਹਿਬ, ਉਹ ਕੋਈ ਵੋਟਾਂ ਵਾਸਤੇ ਅਲਾਇੰਸ ਨਹੀਂ ਸੀਗਾ, ਉਹ ਅਲਾਇੰਸ ਸੀਗਾ ਜਿਸ ਭਾਂਮੜ 'ਚੋਂ ਪੰਜਾਬ ਨਿਕਲ ਕੇ ਦੌਰ 'ਚੋਂ ਗੁਜ਼ਰਿਆ ਸੀਗਾ। ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ, ਜਿਸ ਕਿਸਮ ਦਾ ਜ਼ਹਿਰ, ਜਿਸ ਕਿਸਮ ਦੀ ਦੋ ਫਾੜ, ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵੱਜਦੇ ਹੈ, ਉਹਨਾਂ 'ਚੋਂ ਪੰਜਾਬ ਨਿਕਲਿਆ ਸੀਗਾ, ਉਦੋਂ ਮੱਲਮ ਲਾਉਣ ਦੀ ਜ਼ਰੂਰਤ ਸੀਗੀ ਸਭ। ਆਹ ਭਾਈਚਾਰਕ ਸਾਂਝ ਬਣੀ ਰਹੇ, ਮੈਂ ਸਲਾਮ ਕਰਦਾ ਉਸ ਸਪਿਰਿਟ ਨੂੰ ਸਭ। ਪੰਜਾਬ ਦੀ ਸਭ ਤੋਂ ਵੱਡੀ ਮੈਂ ਸਮਝਦਾ ਗੁਰੂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਹੈ, ਉਹ ਅਗਰ ਬਾਦਲ ਸਾਹਿਬ ਦੀ ਯਾਦ 'ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਇੱਥੇ ਸਾਹਿਬ? ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ, ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96-97 'ਚ, ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਹ ਤੋਂ ਭਟਕਣ ਲੱਗੇ ਹੈ। ਕੋਈ ਕਰੜਾ ਜਿਗਰੇ ਵਾਲਾ ਬੰਦਾ ਹੀ ਉਹ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ।
ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿਹਾ ਹਰੇਕ ਪੰਜਾਬ ਸ਼ੇਅਰ ਕਰਦਾ ਉਨ ਭਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸੀਗੇ, ਲੋਕ ਉਹਨਾਂ ਕੋਲ ਨਹੀਂ ਝਾਕਦੇ ਸੀਗੇ, ਉਹਨਾਂ ਨੇ ਉਸ 'ਤੇ ਪਹਿਰਾ ਦੇ ਕੇ ਨਿਰਣਾ ਲਿਆ। ਆਹ ਜਿਹੜੀਆਂ ਖਦਸੇ ਇੱਥੋਂ ਜ਼ਾਹਿਰ ਕੀਤੇ ਗਏ ਹੈ, ਮੇਰਾ ਮੰਨਣਾ ਹੈ, ਜਿੰਨਾ ਕੁ ਮੈਂ ਸਮਝਦਾ, ਮੇਰੀ ਛੋਟੀ ਜਿਹੀ ਸੋਚ ਹੈ, ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ। ਅੱਜ ਕੱਲ੍ਹ ਤਾਂ ਆ ਜਦੋਂ ਦਾ ਵਟਸਐਪ ਵਾਲਾ ਜ਼ਮਾਨਾ ਹੈ, 24 ਆਵਰ ਨਿਊਜ਼ ਹੈ, ਸ਼ਾਮ ਤਾਈਂ ਤਾਂ ਅਗਲਾ ਕੋਈ ਹੋਰ ਪੜ੍ਹਨ ਲੱਗ ਜਾਂਦਾ ਗੋਪਾਲ ਸਾਹਿਬ, ਉਹਦਾ ਤਾਂ ਅਗਲਾ ਕੋਈ ਨਾ ਕੋਈ ਹੋਰ ਦੱਸੋ ਜੀ, ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ, ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ਧੱਕਾ ਹੋਇਆ ਹੋਵੇ। ਆਹ ਤਾਂ ਖਾਲਸਾ ਸਜਾਇਆ ਇਸੇ ਕਰਕੇ ਸੀਗਾ, ਜ਼ੁਲਮ ਅਤੇ ਜ਼ਬਰ ਅਤੇ ਧੱਕੇ ਦੇ ਖਿਲਾਫ਼। ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਸਾਡੇ ਜੋਸ਼ ਨੂੰ ਵਿਗਾੜਨ ਦੀ ਲੋੜ ਨਹੀਂ, ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ, ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ। ਅੱਜ ਜੇ ਸਾਨੂੰ ਲੋੜ ਹੈ ਜਿਨ੍ਹਾਂ ਹਾਲਾਤਾਂ ਦੇ ਵਿੱਚ, ਉਹ ਹੈ ਜੋਸ਼ ਦੇ ਨਾਲ ਹੋਸ਼, ਅਤੇ ਉਸ ਹੋਸ਼ ਨੂੰ ਮੈਂ ਅਪੀਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ 'ਚ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਕਹਿ ਸਕਦਾ, ਸਾਥੀਓ, ਠੰਡੇ ਕਲੇਜੇ ਨਾਲ, ਥਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪੁੱਟਣਾ ਹੈ। ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਹਨਾਂ ਨੂੰ ਬਾਅਦ 'ਚ ਆਪਾਂ ਕੋਈ ਨਾਮ ਨਾ ਦੇਈਏ, ਕੋਈ ਹੋਰ ਛੋਟਾ ਮੰਦਾ ਸ਼ਬਦ ਨਾ ਬੋਲੀਏ, ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ। ਆਪੇ ਆਪ ਤਾਂ ਨਹੀਂ ਆਏ, ਵੋਟਾਂ ਲੈ ਕੇ ਆਏ ਹੈ, ਲੋਕਾਂ ਨੇ ਜਿਤਾਇਆ ਹੈ, ਜਿਨ੍ਹਾਂ ਦੇ ਕੋਲ ਫਰਜ਼ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਜਿਤਾ ਕੇ ਭੇਜਿਆ ਹੈ, ਬਾਹਰੋਂ ਤਾਂ ਨਹੀਂ ਆਏ, ਇੱਥੇ ਵਾਲਿਆਂ ਨੇ ਜਿਤਾ ਕੇ ਭੇਜਿਆ ਹੈ। ਅਤੇ ਮੇਰੀ ਬੇਨਤੀ, ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਆ, ਇਹਨਾਂ ਦੇ ਨਾਲ ਨਾਲ ਮੈਂ ਆਮ ਪੰਜਾਬੀ ਨੂੰ ਅੱਜ ਬੇਨਤੀ ਕਰਨਾ ਚਾਹੂੰਗਾ, ਸਾਥੀਓ, ਬਿਲਕੁਲ ਠੀਕ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ, ਵੀ ਇਹਨਾਂ ਨੂੰ ਸਬਕ ਸਿਖਾਉਣਾ, ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਂਜ ਦੇਣਾ, ਠੀਕ ਹੈ ਸਾਹਿਬ, ਤੁਹਾਡਾ ਹੱਕ ਹੈ, ਵੋਟ ਦਾ ਤੁਹਾਡਾ ਹੱਕ ਹੈ, ਅੰਬੇਦਕਰ ਸਾਹਿਬ ਦਾ ਕੌਂਸਟੀਟਿਊਸ਼ਨ ਹੈ, ਉਹਦੇ ਵਿੱਚ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਹਾਂ, ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਹਨੂੰ ਲੱਗੇ ਹਾਂ। ਮੈਂ ਆਹੀ ਬੇਨਤੀ ਕਰਨਾ ਹੈ ਸਾਥੀਓ, ਸੁਚੇਤ ਹੋ ਕੇ ਦੇਖ ਕੇ ਕਿਹਨਾਂ ਲੋਕਾਂ ਨੂੰ ਆਪਾਂ ਤਵੱਕੋ ਰੱਖਦੇ ਹਾਂ, ਵੀ ਸਾਡੇ ਪੰਜਾਬ ਦੇ ਜਿਹੜੇ ਮੁੱਢ ਤੋਂ ਚੱਲੇ ਆ ਰਹੇ ਹੈ ਫੈਸਲੇ, ਸਾਡੇ ਖਦਸੇ ਜਿਹੜੇ ਹੈ, ਦਰਦ ਹੈ, ਉਹਨਾਂ ਨੂੰ ਸੁਲਝਾਊਗਾ ਕੌਣ ਸਾਹਿਬ? ਇਹ ਸੁਲਝਾਣਗੇ? ਉਹ ਕਹਿੰਦੇ ਨਾ, ਯੇ ਤਿਫਲ ਕਿਆ ਲੜੇਂਗੇ ਜੋ ਘੁਟਨੋ ਕੇ ਬਲ ਚਲੇਂਗੇ, ਇਹਨਾਂ ਤੋਂ ਕਰ ਨਹੀਂ ਸਮਝ ਜਾਂਦਾ, ਕਰ ਨਹੀਂ ਸਮਝ ਜਾਂਦਾ। ਇੱਥੇ ਪੰਜਾਬ ਸੀਗਾ, ਇੱਥੇ ਦਰਦ ਸੀਗਾ, ਬਾਦਲ ਸਾਹਿਬ ਨੇ ਕੋਈ ਘਾਟ ਨਹੀਂ ਰੱਖੀ, ਸਾਰੇ ਸਾਡੇ ਸਾਥੀਆਂ ਲੀਡਰਾਂ ਨੂੰ ਕੋਈ ਘਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ, ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ। ਕੌਣ ਲਊਗਾ ਸਾਹਿਬ? ਹੈ ਕਿਸੇ 'ਚ ਕੋਈ ਹਿੰਮਤ ਇਹਨਾਂ 'ਚ? ਦੇਖ ਲਓ, ਸਾਰੇ ਕੱਢ ਕੇ ਦੇਖ ਲਿਓ ਸਾਹਿਬ, ਵੀ ਕਿਹੜੇ ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾਲ ਰਹੇ ਹੈ, ਵੀ ਸਾਨੂੰ ਦਿਓ, ਅਸੀਂ ਮਸਲੇ ਹੱਲ ਕਰਦੇ ਹਾਂ। ਇੱਕ ਪਹਿਲਾਂ ਵੀ ਆ ਕੇ ਗਿਆ ਸੀਗਾ ਸਾਹਿਬ, ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ। ਸਭ ਨਿਗਾਹ ਮਾਰ ਲਿਓ, ਇਕੱਲੇ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਹੈ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ। ਸਭ ਕੈਪੇਬਿਲਿਟੀ
ਕਾਬਲੀਅਤ ਹੈ ਸਭ ਕੰਮ ਕਰਨ ਦੀ, ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ, ਮਨਸ਼ਾ ਵਾਲੇ ਨੂੰ ਦੇਖ ਕੇ ਗਿਓ। ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਿਹਾ ਸਾ ਪੰਜਾਬੀ ਜਬਰ ਨਹੀਂ ਭੁੱਲਦਾ, ਤੱਕਾ ਨਹੀਂ ਤੈਨੂੰ ਜੀ ਟਲਦੇ ਟੱਕਾ ਤਾਂ ਫਿਰ ਅਸੀਂ ਤਾਂ ਫਿਰ ਉਹ ਕਹਿੰਦੇ ਨਾ ਟਿੱਟਣ ਵਾਂਗੂ ਤਾਂ ਫਿਰ ਜਾ ਵੱਜਾਂਗੇ ਠਾ ਦੇਣੇ ਜੀ। ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਘੀਆਂ ਪਹਿਲਾਂ ਆਹ ਤਾਂ ਬਚਾ ਲਓ, ਪਾਣੀ ਦਾ ਬਚਾ ਲਓ, ਇੱਥੇ ਬੰਜਰ ਹੋ ਜੂਗਾ, ਇੱਥੇ ਕੀ ਹਾਲਾਤ ਬਣਨੇ ਹੈ, ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ, ਸਾਰੀਆਂ ਗੱਲਾਂ ਬੈਠ ਕੇ। ਅਤੇ ਮੈਂ ਤਾਂ ਕਦੇ ਸਾਰੇ ਬੈਠੇ ਹੈ ਆਹ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ 'ਤੇ ਨਹੀਂ ਕਦੇ ਬੈਠ ਕੇ ਡਿਸਕਸ਼ਨ ਵਾਰਤਾਲਾਪ ਦੀ ਗੱਲ ਹੋਈ, ਇੱਥੇ ਵਾਰਤਾਲਾਪ ਕਰਨ ਦਾ ਸਮਾਂ ਅਤੇ ਵਾਰਤਾਲਾਪ ਕਰੀਏ ਸਭ ਸਾਰੇ ਬੈਠ ਕੇ, ਲੋਕਾਂ ਨੂੰ ਜਾਣੂ ਕਰਾਓ, ਲੋਕਾਂ ਨੂੰ ਪਤਾ ਲੱਗੇ। ਇੱਥੇ ਚਾਰ ਬੰਦੇ ਬੈਠ ਕੇ ਆਪਾਂ ਖਿੱਚਮਿੱਚ ਕਰ ਲਈ, ਲੋਕਾਂ ਨੇ ਕਹਿ ਦੇ ਤਾਂ ਆਪਦੀ ਖਿਚੜੀ ਪਕਾਈ ਜਾਂਦੇ ਆ, ਲੋਕਾਂ ਨੂੰ ਨਾਲ ਲੈ ਕੇ ਭਰੋਸਾ, ਜਿਹੜੀ ਕ੍ਰੈਡੀਬਿਲਿਟੀ ਸੀਗੀ ਬਾਦਲ ਸਾਹਿਬ ਦੀ। ਸੁਖਬੀਰ ਜੀ, ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ, ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ, ਪਰ ਉਸ ਵਿਰਾਸਤ ਦੇ ਨਾਲ ਓਨੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਬਣਦੀ ਹੈ ਸਾਹਿਬ। ਅਤੇ ਮੈਂ ਅੱਜ ਜਿੱਥੇ BJP ਪਾਰਟੀ ਕਹਿੰਦੇ ਹੋ, ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕਹਿੰਦੇ ਹੋ, ਅਤੇ ਆਪਣੇ ਨਿੱਜੀ ਤੌਰ 'ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ 'ਤੇ ਪਹਿਰਾ ਦੇਣ ਦੀ, ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ, ਅਤੇ ਪੰਜਾਬ ਦੇ ਉੱਤੇ, ਸਾਰਿਆਂ ਦੇ ਉੱਤੇ, ਪੰਜਾਬ ਦੇ ਅਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਰ ਭਰਿਆ ਹੱਥ ਵਾਹਿਗੁਰੂ ਰੱਖੇ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।